ਹੁਣ ਗੱਲ ਕਰਾਂਗੇ ਭਾਰਤ ਦੇ ਸਭ ਤੋਂ ਪਹਿਲੇ ਅਗਨੀ ਵੀਰ ਸ਼ਹੀਦ ਦੀ ਇਹ ਵੀ ਪੰਜਾਬ ਦਾ ਹੀ ਨੌਜਵਾਨ ਸੀ ਪੰਜਾਬ ਦਾ ਮੁੱਛ ਫੁੱਟ ਗੱਭਰੂ ਸੀ ਮਹਿਜ਼ 19 ਸਾਲ ਦਾ ਅਮਰਿਤਪਾਲ ਸਿੰਘ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਦਾ ਰਹਿਣ ਵਾਲਾ ਸੀ ਅਮਰਿਤਪਾਲ ਸਿੰਘ ਅਗਨੀ ਵੀਰ ਰਾਹੀਂ ਫੌਜ ਦੇ ਵਿੱਚ ਭਰਤੀ ਹੋਇਆ ਸੀ ਤੇ ਇਸ ਪ੍ਰਕਿਰਿਆ ਰਾਹੀਂ ਭਰਤੀ ਹੋ ਕੇ ਦੇਸ਼ ਦੀ ਖਾਤਰ ਆਪਣੀ ਜਾਨ ਗਵਾਉਣ ਵਾਲਾ ਅਮਰਿਤਪਾਲ ਸਿੰਘ ਭਾਰਤ ਦਾ ਪਹਿਲਾ ਨੌਜਵਾਨ ਹੈ ਤੇ 2022 ਦਾ ਉਹ ਸਮਾਂ ਸ਼ਾਇਦ ਤੁਹਾਨੂੰ ਯਾਦ ਹੋਵੇ ਜਦੋਂ 16 ਜੂਨ 2022 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਨੀਵੀਰ ਸਕੀਮ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਇਹਦਾ ਮਤਲਬ ਸੀ ਕਿ ਫੌਜ ਦੇ ਵਿੱਚ ਸਿਰਫ 4 ਸਾਲਾਂ ਦੇ ਲਈ ਨੌਜਵਾਨਾਂ ਦੀ ਭਰਤੀ ਕੀਤੀ ਜਾਊਗੀ ਉਸ ਤੋਂ ਬਾਅਦ ਉਹਨਾਂ ਨੂੰ ਨੌਕਰੀ ਤੋਂ ਭੇਜ ਦਿੱਤਾ ਜਾਊਗਾ ਤੇ ਉਸ ਦੌਰਾਨ ਪੂਰੇ ਦੇਸ਼ ਦੇ ਨੌਜਵਾਨਾਂ ਨੇ ਇਸ ਸਕੀਮ ਦਾ ਵਿਰੋਧ ਕੀਤਾ ਸੀ ਜਿਹੜੇ ਫੌਜ ਵਿੱਚ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਸਨ ਤੇ ਵਿਰੋਧੀ 39 ਇਸ ਦਾ ਖਾਸਾ ਵਿਰੋਧ ਕੀਤਾ ਸੀ ਪਰ ਐਨੇ ਸਾਰੇ ਵਿਰੋਧ ਨੂੰ ਮਧੋਲ ਕੇ ਕੁਚਲ ਕੇ ਸਰਕਾਰ ਨੇ ਇਸ ਸਕੀਮ ਨੂੰ ਲਾਗੂ ਕੀਤਾ ਦਾਵਾ ਕੀਤਾ ਸੀ ਕਿ ਅਗਨੀ ਵੀਰਾਂ ਨੂੰ ਫੌਜੀ ਜਿਹੜੇ ਹੈਗੇ ਨੇ ਆਮ ਫੌਜੀ ਉਹਨਾਂ ਦੇ ਬਰਾਬਰ ਦਾ ਸਨਮਾਨ ਦਿੱਤਾ ਜਾਊਗਾ ਪਰ ਮਾਨਸਾਂ ਦੇ ਪਹਿਲੇ ਅਗਨੀਵੀਰ ਸ਼ਹੀਦ ਅਮਰਿਤਪਾਲ ਸਿੰਘ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਸਲੂਕ ਕੀਤਾ ਗਿਆ ਹੈ ਉਹ ਸੱਚਮੁੱਚ ਸ਼ਰਮਨਾਕ ਹੈ ਮਾਨਸਾ ਦਾ ਰਹਿਣ ਵਾਲਾ 19 ਸਾਲ ਦਾ ਅਮਰਿਤਪਾਲ ਸਿੰਘ ਜੰਮੂ ਕਸ਼ਮੀਰ ਦੀ ਸਰਹੱਦ ਐਲੋਸੀ ਦੇ ਨੇੜੇ ਪੁੰਛ ਦੇ ਵਿੱਚ ਸ਼ਹੀਦ ਹੋਇਆ ਪਰ ਜਦੋਂ ਉਸ ਦੀ ਮ੍ਰਿਤਕ ਦੇ ਮਾਨਸਾ ਉਹਦੇ ਘਰੇ ਪਹੁੰਚੀ ਪਿੰਡ ਖੀਵਾ ਕਲਾਂ ਦੇ ਵਿੱਚ ਤਾਂ ਫੌਜ ਦੀ ਗੱਡੀ ਨਹੀਂ ਬਲਕਿ ਇੱਕ ਪ੍ਰਾਈਵੇਟ ਐਂਬੂਲੈਂਸ ਉਸ ਦੀ ਦੇਹ ਨੂੰ ਘਰੇ ਛੱਡ ਕੇ ਗਈ ਐਨਾ ਹੀ ਨਹੀਂ ਸਸਕਾਰ ਦੌਰਾਨ ਆਰਮੀ ਦਾ ਕੋਈ ਯੂਨਿਟ ਮੌਜੂਦ ਨਹੀਂ ਸੀ ਨਾ ਹੀ ਸਸਕਾਰ ਤੋਂ ਪਹਿਲਾਂ ਦੇਸ਼ ਲਈ ਸ਼ਹੀਦ ਹੋਣ ਵਾਲੇ 19 ਸਾਲ ਦੇ ਨੌਜਵਾਨ ਮੁਛਫਟ ਗੱਭਰੂ ਨੂੰ ਗੋਡ ਆਫ ਆਨਰ ਹੀ ਦਿੱਤਾ ਗਿਆ ਪਿੰਡ ਵਾਸੀਆਂ ਨੇ ਅਪੀਲ ਕੀਤੀ ਤਾਂ ਲੋਕਲ ਪੁਲਿਸ ਸਸਕਾਰ ਵਾਲੀ ਥਾਂ ਤੇ ਪਹੁੰਚੀ ਬਹਾਦਰ ਜਵਾਨ ਨੂੰ ਗੋਡ ਆਫ ਆਨਰ ਦਿੱਤਾ ਗਿਆ ਮਾਂ ਤੇ ਭੈਣ ਨੇ ਸ਼ਹੀਦ ਅਮਰਿਤਪਾਲ ਸਿੰਘ ਦੀ ਦੇਹ ਨੂੰ ਮੋਢਾ ਦਿੱਤਾ ਤੇ ਫੌਜ ਦੇ ਇਸ ਗੈਰ ਜ਼ਿੰਮੇਵਾਰਾਨਾ ਵਤੀਰੇ ਤੇ ਪਿੰਡ ਦੇ ਲੋਕ ਵੀ ਕਾਫੀ ਗੁੱਸੇ ਦੇ ਵਿੱਚ ਨੇ ਤੇ ਇਹ ਪੂਰੇ ਦੇਸ਼ ਦੇ ਵਿੱਚ ਵੀ ਮਸਲਾ ਫੈਲ ਰਿਹਾ ਹੈ ਆਰਟੀਆਈ ਕਾਰਕੁਨ ਮਾਨਿਕ ਗੋਇਲ ਨੇ ਸ਼ਹੀਦ ਦਾ ਵੀਡੀਓ ਸਾਂਝਾ ਕਰਦੇ ਹੋਏ ਪੁੱਛਿਆ ਕਿ ਕੀ ਅਗਨੀਵੀਰ ਹੋਣ ਦੀ ਵਜ੍ਹਾ ਕਰਕੇ 19 ਸਾਲ ਦੇ ਅਮਰਿਤਪਾਲ ਸਿੰਘ ਨੂੰ ਸ਼ਹੀਦ ਨਹੀਂ ਮੰਨਿਆ ਗਿਆ ਕਿ ਇਸੇ ਲਈ ਉਹਦੇ ਸਤਕਾਰ ਲਈ ਨਾ ਕੋਈ ਫੌਜੀ ਅਫਸਰ ਪਹੁੰਚਿਆ ਨਾ ਹੀ ਗੋਡ ਆਫ ਆਨਰ ਦਿੱਤਾ ਗਿਆ ਜੇ ਅਜਿਹਾ ਹੈ ਤਾਂ ਬਹੁਤ ਹੀ ਸ਼ਰਮਨਾਕ ਹੈ ਇਸ ਤੋਂ ਪਹਿਲਾਂ ਕਹਿੰਦੇ ਜਦੋਂ ਵੀ ਕੋਈ ਪੰਜਾਬ ਜਾਂ ਕਿਸੇ ਹੋਰ ਸੂਬੇ ਦਾ ਸ਼ਹੀਦ ਕਰੇ ਆਉਂਦਾ ਤਾਂ ਉਸ ਨੂੰ ਫੌਜੀ ਗੱਡੀ ਦੇ ਵਿੱਚ ਸਨਮਾਨ ਨਾਲ ਲਿਆਂਦਾ ਜਾਂਦਾ ਹੈ ਸਸਕਾਰ ਵੇਲੇ ਵੀ ਅਫਸਰ ਮੌਜੂਦ ਹੁੰਦੇ ਨੇ ਗੋਡ ਆਫ ਆਨਰ ਦੇ ਨਾਲ ਵਿਦਾਈ ਦਿੱਤੀ ਜਾਂਦੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਨੂੰ ਕਾਫੀ ਉਦਾਸ ਕਰਨ ਵਾਲੀ ਕਾਰਵਾਈ ਦੱਸਿਆ ਹੈ ਸਵਾਲ ਪੁੱਛਿਆ ਕਿ ਕੀ ਅਗਨੀਵੀਰ ਦਾ ਮਤਲਬ ਇਹ ਹੈ ਕਿ ਇਹਨਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ ਕਿ ਇਸੇ ਕਰਕੇ ਭਾਜਪਾ ਨੇ ਨੀਤੀ ਸ਼ੁਰੂ ਕੀਤੀ ਸੀ ਕਿ ਸਾਡੇ ਅਗਨੀਵੀਰ ਫੌਜੀਆ ਨੂੰ ਇਸ तरीके ਦੂਜੇ ਫੌਜੀਆਂ ਨਾਲੋਂ ਵੱਖਰੇ ਤਰੀਕੇ ਦਾ ਜਿਹੜਾ ਵਿਹਾਰ ਹੈ ਉਹਨਾਂ ਦੇ ਨਾਲ ਕੀਤਾ ਜਾਊਗਾ ਕਿ ਸੈਂਟਰ ਸਰਕਾਰ ਦੇ ਕੋਲ ਨੌਜਵਾਨ ਸ਼ਹੀਦ ਨਾਲ ਕੀਤੇ ਇਸ ਅਣਮਨੁੱਖੀ ਵਤੀਰੇ ਦਾ ਕੋਈ ਜਵਾਬ ਹੈ ਅਖੀਰ ਤੇ ਉਹਨਾਂ ਨੇ ਲਿਖਿਆ ਸ਼ਰਮਨਾਖ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਹਾਲਾਂਕਿ ਅਮਰਿਤਪਾਲ ਸਿੰਘ ਦੀ ਸ਼ਹੀਦੀ ਤੇ ਸ਼ਰਧਾਂਜਲੀ ਦਿੱਤੀ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਇਹ ਵੀ ਕਿਹਾ ਕਿ ਪਰਿਵਾਰ ਦੇ ਨਾਲ ਅਸੀਂ ਹਰ ਹਾਲ ਦੇ ਵਿੱਚ ਖੜੇ ਹਾਂ ਪਰ ਐਕਸ ਗ੍ਰੇਸ਼ੀਆ 1 ਕਰੋੜ ਦੀ ਗ੍ਰਾਂਟ ਦਾ ਕੋਈ ਐਲਾਨ ਨਹੀਂ ਕੀਤਾ ਸਰਕਾਰੀ ਨੌਕਰੀ ਦੇਣ ਦਾ ਕੋਈ ਐਲਾਨ ਨਹੀਂ ਕੀਤਾ ਆਟੇ ਕਾਰਕੁਨ ਮਾਨਸਾ ਦੇ ਮਾਨਿਕ ਗੋਇਲ ਨੇ ਆਪਣੇ ਜ਼ਿਲ੍ਹੇ ਦੇ ਨੌਜਵਾਨ ਦੇ ਪੀੜਤ ਪਰਿਵਾਰ ਦੇ ਲਈ 1 ਕਰੋੜ ਦੀ ਆਰਥਿਕ ਮਦਦ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ ਹੈ ਇਸ ਦਰਮਿਆਨ ਸਾਰੇ ਹੀ ਆਮ ਲੋਕ ਵੀ ਇਕਜੁੱਟ ਹੋ ਕੇ ਮੰਗ ਕਰ ਰਹੇ ਨੇ ਕਿ ਅਮਰਿਤਪਾਲ ਸਿੰਘ ਨੂੰ ਵੀ ਉਹੀ ਸਨਮਾਨ ਮਿਲਣਾ ਚਾਹੀਦਾ ਜੋ ਕਿਸੇ ਹੋਰ ਫੌਜੀ ਨੂੰ ਦਿੱਤਾ ਜਾਂਦਾ ਜਿਵੇਂ ਫੌਜ ਦੇ ਹੋਰ ਜਵਾਨਾਂ ਨੂੰ ਦਿੱਤਾ ਜਾਂਦਾ ਹੈ ਓਵੇਂ ਹੀ ਅਗਨੀ ਵੀਰ ਵੀ ਡਿਜ਼ਰਵ ਕਰਦੇ ਨੇ ਆਪਣੀ 4 ਸਾਲ ਦੀ ਨੌਕਰੀ ਜੇ ਇਹ ਕਰ ਰਹੇ ਨੇ ਉਹਦੇ ਵਿੱਚ ਵੀ ਆਪਣੀ ਜਾਨ ਗਵਾ ਕੇ ਘਰੇ ਆਪਣੀ ਦੇਹ ਨੂੰ ਭੇਜ ਰਹੇ ਨੇ ਤੇ ਇਸ ਤੋਂ ਵੱਡੀ ਕੁਰਬਾਨੀ ਹੋਰ ਕੀ ਹੋ ਸਕਦੀ ਹੈ ਕਿਉਂ ਨਹੀਂ ਇਹਨਾਂ ਨੂੰ ਬਾਕੀ ਫੌਜੀਆਂ ਦੇ ਵਾਂਗੂ ਸਨਮਾਨ ਦਿੱਤਾ ਜਾਂਦਾ ਤੇ ਪੰਜਾਬ ਸਰਕਾਰ ਵੀ ਇਸ ਤੇ ਕੁਝ ਵੀ ਬੋਲਣ ਤੋਂ ਗੋਰੇਸ ਕਰ ਰਹੀ ਹੈ ਅਗਨੀਵੀਰ ਯੋਜਨਾ ਹੈ ਕਿ ਇਹ ਪ੍ਰਕਿਰਿਆ ਕੀ ਹੈ ਇਸ ਦੇ ਤਹਿਤ 10ਵੀਂ ਪਾਸ ਉਮੀਦਵਾਰ ਜਨਰਲ ਡਿਊਟੀ ਦੇ ਅਹੁਦੇ ਲਈ ਅਪਲਾਈ ਕਰ ਸਕਦਾ ਹੈ ਉਮੀਦਵਾਰ ਦੀ ਉਮਰ 10ਵੀਂ ਪਾਸ ਤੇ 45% ਅੰਕ ਹੋਣੇ ਜ਼ਰੂਰੀ ਨੇ ਸਾਰੇ ਵਿਸ਼ਿਆਂ ਦੇ ਵਿੱਚ 33% ਅੰਕ ਤਾਂ ਬਹੁਤ ਜ਼ਰੂਰੀ ਨੇ ਯਾਨਕਿ ਇਹ ਤਾਂ ਪੂਰੇ ਹੀ ਜਿਹੜੇ ਹੈਗੇ ਨੇ ਲਾਜ਼ਮੀ ਨੇ ਅਗਨੀਵੀਰ ਯੋਜਨਾ ਤਹਿਤ 17 ਤੋਂ 23 ਸਾਲ ਦੇ ਉਮੀਦਵਾਰ ਭਰਤੀ ਕੀਤੇ ਜਾਂਦੇ ਨੇ 25% ਨੌਜਵਾਨਾਂ ਨੂੰ ਰੈਗੂਲਰ ਕੀਤਾ ਜਾਂਦਾ ਹੈ ਬਾਕੀਆਂ ਨੂੰ 75% ਨੂੰ ਰਿਟਾਇਰਡ ਕਰ ਦਿੱਤਾ ਜਾਂਦਾ ਹੈ ਅਗਨੀਵੀਰ ਯੋਜਨਾ ਦੇ ਤਹਿਤ ਫੌਜ ਦੇ ਵਿੱਚ ਸਿਰਫ 4 ਸਾਲ ਹੀ ਜਵਾਨ ਡਿਊਟੀ ਕਰ ਸਕਦਾ ਹੈ ਪਹਿਲੇ ਸਾਲ 30000 ਰੁਪਏ ਮਹੀਨਾ ਤਨਖਾਹ ਮਿਲਦੀ ਹੈ ਦੂਸਰੇ ਸਾਲ 33000 ਤੀਜੇ ਸਾਲ 36500 ਤੇ ਚੌਥੇ ਸਾਲ 40000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ ਤੇ ਪੰਜਵੇਂ ਸਾਲ ਰਿਟਾਇਰ ਕਰ ਦਿੱਤਾ ਜਾਂਦਾ ਹੈ 25% ਦੀ ਨੂੰ ਰੱਖ ਕੇ ਹਾਲਾਂਕਿ ਜਿਹੜਾ ਪਹਿਲਾ ਬੈਚ ਭਰਤੀ ਹੋਇਆ ਉਹ ਹੀ ਹਲੇ ਚੱਲ ਰਿਹਾ ਹੈ ਰਿਟਾਇਰਮੈਂਟ ਦਾ ਸਾਲ ਹਲੇ ਕਿਸੇ ਦਾ ਵੀ ਨਹੀਂ ਆਇਆ ਕਿਉਂਕਿ ਯੋਜਨਾ ਤਾਜ਼ੀ-ਤਾਜ਼ੀ ਸ਼ੁਰੂ ਹੋਈ ਹੈ ਦੀ ਭਾਰਤੀ ਫੌਜ ਦੇ ਅਗਨੀ ਵੀਰ ਪ੍ਰਕਿਰਿਆ ਰਾਹੀਂ ਸ਼ਹੀਦ ਹੋਣ ਵਾਲੇ ਅਮਰਿਤਪਾਲ ਸਿੰਘ ਦੀ ਸ਼ਹੀਦੀ ਤੇ ਜਦੋਂ ਵੱਡੇ ਪੱਧਰ ਤੇ ਸਵਾਲ ਉੱਠ ਰਹੇ ਨੇ ਇਸ ਦਰਮਿਆਨ ਭਾਰਤੀ ਫੌਜ ਦਾ ਵੀ ਜਵਾਬ ਆਇਆ ਬੜਾ ਹੈਰਾਨੀਜਨਕ ਜਵਾਬ ਆਇਆ ਹੈ 16ਵੀਂ ਕੋਰ ਜਿਸ ਨੂੰ ਵਾਈਟ ਨਾਈਟ ਕੋਰ ਵੀ ਕਿਹਾ ਜਾਂਦਾ ਹੈ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦੱਸਿਆ ਕਿ ਅਮਰਿਤਪਾਲ ਸਿੰਘ ਦੀ ਜਾਨ ਖੁਦ ਦੀ ਗੋਲੀ ਲੱਗਣ ਕਾਰਨ ਹੋਈ ਐ ਸੋ ਇਹ ਮਾਮਲੇ ਦੇ ਵਿੱਚ ਵੱਡਾ ਮੋੜ ਹੈ ਫੌਜ ਆਪਣੇ ਬਿਆਨ ਦੇ ਵਿੱਚ ਲਿਖਦੀ ਹੈ ਕਿ ਅਗਨੀ ਵੀਰ ਅਮਰਿਤਪਾਲ ਸਿੰਘ ਦੀ ਰਾਜੋ ਸੈਕਟਰ ਦੇ ਸੰਤਰੀ ਸੈਕਟਰ ਦੇ ਵਿੱਚ ਸੰਤਰੀ ਦੀ ਡਿਊਟੀ ਦੌਰਾਨ ਆਪਣੀ ਹੀ ਗੋਲੀ ਲੱਗਣ ਕਾਰਨ ਜਾਨ ਗਈ ਹੈ ਮਾਮਲੇ ਦੇ ਵਿੱਚ ਕੋਰਟ ਆਫ ਇਨਕੁਆਇਰੀ ਜਾਰੀ ਹੈ ਜਿਹੜਾ ਜਿਹੜੀ ਦੇਹ ਹੈ ਉਸ ਦਾ ਇੱਕ ਜੂਨੀਅਰ ਕਮਿਸ਼ਨਰ ਅਧਿਕਾਰੀ ਅਤੇ ਚਾਰ ਹੋਰ ਰੈਂਕ ਦੇ ਲੋਕਾਂ ਦੇ ਨਾਲ ਅਗਨੀਵੀਰ ਦੀ ਯੂਨਿਟ ਵੱਲੋਂ ਕਿਰਾਏ ਤੇ ਲਈ ਗਈ ਇੱਕ ਸਿਵਲ ਐਂਬੂਲੈਂਸ ਦੇ ذریعے ਉਸ ਨੂੰ ਲਿਜਾਇਆ ਗਿਆ ਉਸ ਦੀ ਦੇਹ ਨੂੰ ਤੇ ਅੰਤਿਮ ਸੰਸਕਾਰ ਦੇ ਵਿੱਚ ਉਹਦੇ ਨਾਲ ਫੌਜ ਦੇ ਜਵਾਨ ਵੀ ਸ਼ਾਮਿਲ ਹੋਏ ਇਹ ਦਾਵਾ ਕੀਤਾ ਹੈ ਪਰ ਜਿਹੜੀਆਂ ਤਸਵੀਰਾਂ ਸਾਹਮਣੇ ਆਇਆ ਨਹੀਂ ਉਹਨਾਂ ਦੇ ਵਿੱਚ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ ਪਰਿਵਾਰ ਵਾਲਿਆਂ ਨੇ ਪਿੰਡ ਵਾਲਿਆਂ ਨੇ ਸਾਰਿਆਂ ਨੇ ਇਹ ਕਿਹਾ ਕਿ ਪ੍ਰਾਈਵੇਟ ਐਂਬੂਲੈਂਸ ਦੇ ਵਿੱਚ ਜਿਹੜਾ ਹੈਗਾ ਅਗਨੀਵੀਰ ਅਮਰਿਤਪਾਲ ਸਿੰਘ ਦੀ ਦੇਹ ਨੂੰ ਪਰਿਵਾਰ ਕੋਲ ਛੱਡ ਗਏ ਫੌਜੀ ਮੁੜ ਕੇ ਉੱਥੇ ਕੋਈ ਨਹੀਂ ਖੜਿਆ ਸਿਰਫ ਜ਼ਿਲ੍ਹੇ ਦੀ ਜਿਹੜੀ ਪੁਲਿਸ ਹੈ ਉਸ ਨੇ ਸਰਕਾਰੀ ਸਨਮਾਨਾਂ ਦੇ ਨਾਲ ਸਲਾਮੀ ਜ਼ਰੂਰ ਦਿੱਤੀ ਤੇ ਹੁਣ ਫੌਜ ਨੇ ਜਿਹੜਾ ਇਹ ਬਿਆਨ ਦਿੱਤਾ ਹੈ ਕਿ ਆਪਣੀ ਹੀ ਗੋਲੀ ਲੱਗਣ ਕਾਰਨ ਉਸ ਦੀ ਜਾਨ ਗਈ ਹੈ ਇਸ ਤੋਂ ਬਾਅਦ ਪਰਿਵਾਰ ਦਾ ਕੀ ਰਿਐਕਸ਼ਨ ਆਵੇਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੰਪਰਕ ਕਰਨ ਦੀ